ਕੀ ਤੁਸੀਂ ਨਾਇਕੀ ਦੇ ਅਜਿਹੇ ਬੂਟਾਂ ਬਾਰੇ ਜਾਣਦੇ ਹੋ ਜਿਹੜੇ ਕਿ ਇਨਸਾਨ ਦੇ ਖੂਨ ਨਾਲ ਬਣੇ ਹੋਏ ਨੇ? ਇੱਕ ਨਕਲੀ ਅਤੇ ਅਸਲੀ ਆਈਫੋਨ ਦੇ ਵਿੱਚ ਕੀ ਫਰਕ ਹੁੰਦਾ ਹੈ? ਕਿਸ ਤਿਤਲੀ ਦਾ ਸ਼ਿਕਾਰ ਕਰਨ ਤੋਂ ਵੱਡੇ ਵੱਡੇ ਸ਼ਿਕਾਰੀ ਜਾਨਵਰ ਵੀ ਡਰਦੇ ਨੇ? ਇੱਕ ਅਜਿਹੀ ਔਰਤ ਜੋ ਆਪਣਾ ਦਿਲ ਆਪਣੇ ਨਾਲ ਬੈਗ ਦੇ ਵਿੱਚ ਰੱਖ ਕੇ ਚੱਲਦੀ ਹੈ, ਪਰ ਕਿਉਂ? ਅਜਿਹੀ ਰੋਚਕ ਤੱਥ ਜਾਣਨ ਲਈ ਜੁੜੇ ਰਹੋ ਮੇਰੇ ਨਾਲ। ਮੈਂ ਤੁਹਾਡਾ ਹੋ ਜਸਪੀ ਸਿੰਘ, ਤੁਸੀਂ ਦੇਖ ਰਹੇ ਹੋ ਜੋ ਟੀਵੀ। ਕੀ ਤੁਹਾਨੂੰ ਪਤਾ ਹੈ ਕਿ ਉਹ ਕਿਹੜਾ ਫੋਨ ਸੀ ਜਿਸ ਨੇ ਸਭ ਤੋਂ ਪਹਿਲਾਂ ਸਲਾਈਡ ਅਨਲੌਕ ਵਾਲਾ ਫੀਚਰ ਆਪਣੇ ਫੋਨ ਦੇ ਵਿੱਚ ਪਾਇਆ ਸੀ? ਇਸ ਦਾ ਜਵਾਬ ਆਈਫੋਨ ਨਹੀਂ ਹੈ, ਇਹ ਹੈ ਜੀ ਨਿਓਨੋਟੇ ਹਾਈ ਐਚ। ਇਸ ਫੋਨ ਨੇ ਹੀ ਸਭ ਤੋਂ ਪਹਿਲਾਂ ਸਲਾਈਡ ਅਨਲੌਕ ਵਾਲਾ ਫੀਚਰ ਆਪਣੇ ਫੋਨ ਦੇ ਵਿੱਚ ਪਾਇਆ ਸੀ, ਜਿਹੜਾ ਕਿ ਹੁਣ ਤਕਰੀਬਨ ਦੁਨੀਆ ਦੇ ਸਾਰੇ ਫੋਨਾਂ ਦੇ ਵਿੱਚ ਵਰਤਿਆ ਜਾਂਦਾ ਹੈ। ਇਹ ਧਰਤੀ ਦਾ ਇਕਲੌਤਾ ਚਿੱਟਾ ਜਿਰਾਫ ਹੈ। ਇਸ ਜਿਰਾਫ ਨੂੰ ਸੇਫ ਰੱਖਣ ਦੇ ਲਈ ਕੀਨੀਆ ਸਰਕਾਰ ਨੇ ਇਸ ਦੇ ਨਾਲ GPS ਟਰੈਕਰ ਲਗਾ ਦਿੱਤਾ ਹੈ, ਤਾਂ ਕਿ ਕੋਈ ਵੀ ਸ਼ਿਕਾਰੀ ਇਸ ਦਾ ਸ਼ਿਕਾਰ ਨਾ ਕਰ ਸਕੇ। ਇਹ ਖੂਬਸੂਰਤ ਜਿਰਾਫ ਅੱਜ ਵੀ ਕੀਨੀਆ ਦੇ ਵਿੱਚ ਮੌਜੂਦ ਹੈ। ਸਟੈਵਨ ਵਾਈਲਡਸ਼ਾਇਰ ਆਪਣੀ ਬਹੁਤ ਵਧੀਆ ਕਲਾਕਾਰੀ ਦੇ ਲਈ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਨੇ। ਇੱਕ ਵਾਰ ਇਹਨਾਂ ਨੇ ਪੂਰੇ ਨਿਊਯਾਰਕ ਸ਼ਹਿਰ ਦਾ ਟੌਪ ਵਿਊ ਯਾਨੀ ਕਿ ਏਰੀਅਲ ਵਿਊ ਆਪਣੇ ਪੈਨ ਦੇ ਨਾਲ ਬਣਾ ਦਿੱਤਾ ਸੀ। ਇਹਨਾਂ ਨੇ ਸਿਰਫ 20 ਮਿੰਟ ਹੈਲੀਕਾਪਟਰ ਦੇ ਵਿੱਚ ਉਡਾਣ ਭਰ ਕੇ ਉੱਪਰ ਤੋਂ ਨਿਊਯਾਰਕ ਸ਼ਹਿਰ ਨੂੰ ਦੇਖਿਆ ਸੀ, ਤੇ ਫਿਰ ਹੂਬਹੂ ਉਸੇ ਤਰ੍ਹਾਂ ਹੀ ਨਿਊਯਾਰਕ ਸ਼ਹਿਰ ਨੂੰ ਆਪਣੇ ਪੈਨ ਦੇ ਨਾਲ ਕਾਗਜ਼ ਦੇ ਉੱਪਰ ਉਤਾਰ ਦਿੱਤਾ ਸੀ। ਇਹ ਬਹੁਤ ਵਧੀਆ ਕਲਾਕਾਰ ਹੋਣ ਦੇ ਨਾਲ ਨਾਲ ਇਹਨਾਂ ਦੀ ਯਾਦ ਸ਼ਕਤੀ ਵੀ ਬਹੁਤ ਜ਼ਿਆਦਾ ਤੇਜ਼ ਹੈ। ਜਿਹੜੀ ਚੀਜ਼ ਨੂੰ ਇੱਕ ਵਾਰ ਦੇਖ ਲੈਂਦੇ ਨੇ, ਹੂਬਹੂ ਉਸ ਦੀ ਨਕਲ ਉਸੇ ਤਰ੍ਹਾਂ ਬਣਾ ਦਿੰਦੇ ਨੇ। ਜੇਕਰ ਤੁਹਾਡੇ ਕੋਲ ਆਈਫੋਨ ਹੈ ਤੇ ਤੁਸੀਂ ਉਸ ਦੇ ਨਾਲ ਮਿਰਰ ਸੈਲਫੀ ਜਾਨੀ ਕਿ ਸ਼ੀਸ਼ੇ ਦੇ ਸਾਹਮਣੇ ਆਪਣੀ ਸੈਲਫੀ ਨਹੀਂ ਲੈਂਦੇ ਤਾਂ ਤੁਹਾਡਾ ਆਈਫੋਨ ਬੇਕਾਰ ਹੈ। ਅਜਿਹਾ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਫੈਕਟ ਕਹਿ ਰਿਹਾ ਹੈ। ਇੱਕ ਸਰਵੇ ਦੇ ਵਿੱਚ ਇਹ ਗੱਲ ਦਾ ਪਤਾ ਲੱਗਿਆ ਹੈ ਕਿ ਸਭ ਤੋਂ ਵੱਧ ਮਿਰਰ ਸੈਲਫੀਆਂ ਜਾਨੀ ਕਿ ਸ਼ੀਸ਼ੇ ਦੇ ਸਾਹਮਣੇ ਸੈਲਫੀਆਂ ਆਈਫੋਨ ਦੇ ਨਾਲ ਹੀ ਲਈਆਂ ਜਾਂਦੀਆਂ ਨੇ ਤੇ ਜ਼ਿਆਦਾਤਰ ਲੋਕ ਅਜਿਹਾ ਦਿਖਾਵੇ ਲਈ ਕਰਦੇ ਹਨ। ਆਪਾਂ ਸਾਰਿਆਂ ਨੇ ਇਹ ਗੱਲ ਸੁਣੀ ਹੈ ਕਿ ਸਵੇਰੇ ਸਵੇਰੇ ਪੜ੍ਹਨ ਦੇ ਨਾਲ ਸਭ ਕੁਝ ਯਾਦ ਹੋ ਜਾਂਦਾ ਹੈ, ਪਰ ਸਾਇੰਸ ਦੇ ਅਨੁਸਾਰ ਜੇਕਰ ਅਸੀਂ ਰਾਤ ਨੂੰ ਪੜ੍ਹਾਈ ਕਰੀਏ ਤਾਂ ਉਹ ਜ਼ਿਆਦਾ ਵਧੀਆ ਹੁੰਦੀ ਹੈ, ਕਿਉਂਕਿ ਰਾਤ ਨੂੰ ਪੜ੍ਹਨ ਤੋਂ ਬਾਅਦ ਜਿਹੜੀ ਨੀਂਦ ਆਉਂਦੀ ਹੈ ਉਹ ਤੁਹਾਨੂੰ ਸਭ ਕੁਝ ਯਾਦ ਰੱਖਣ ਦੇ ਵਿੱਚ ਮਦਦ ਕਰਦੀ ਹੈ। ਜੇਕਰ ਪੈਸਾ ਹੋਵੇ ਤਾਂ ਲੋਕ ਕੀ ਕਰਦੇ ਨੇ, ਇਹ ਫੈਕਟ ਦੇਖਣ ਤੋਂ ਬਾਅਦ ਤੁਸੀਂ ਜ਼ਰੂਰ ਅਜਿਹਾ ਕਹੋਗੇ। ਮਾਈਕਰੋਸਾਫਟ ਦੇ CEO ਬਿਲ ਗੇਟਸ ਦੇ ਘਰ ਇੱਕ ਵੱਡਾ ਸਾਰਾ ਡਾਈਨਿੰਗ ਟੇਬਲ ਹੈ ਜਿਸ ਦੇ ਉੱਪਰ ਬਹੁਤ ਸਾਰੇ ਫਲ ਫਰੂਟ ਅਤੇ ਸਬਜ਼ੀਆਂ ਦੇ ਸੈਂਪਲ ਰੱਖੇ ਹੋਏ ਹੁੰਦੇ ਹਨ, ਤੇ ਇਹ ਸਾਰੇ ਫਲ ਫਰੂਟ ਉਹਨਾਂ ਦੇ ਆਪਣੇ ਫਾਰਮ ਦੇ ਵਿੱਚ ਹੀ ਉਗਾਏ ਜਾਂਦੇ ਨੇ, ਤੇ ਇਹਨਾਂ ਦੇ ਫਾਰਮ ਦਾ ਸਾਈਜ਼ ਇੰਨਾ ਵੱਡਾ ਹੈ ਕਿ ਜਿਹਦੇ ਵਿੱਚ ਪੂਰਾ ਹਾਂਗਕਾਂਗ ਦੇਸ਼ ਵਸ ਜਾਵੇ। ਅੱਜ ਕੱਲ੍ਹ ਆਪਾਂ ਸਾਰੇ ਹੀ ਦੇਖਦੇ ਹਾਂ ਕਿ ਲੋਕ ਕਿਸ ਕਿਸ ਤਰ੍ਹਾਂ ਦੇ ਆਪਣੇ ਹੇਅਰ ਸਟਾਈਲ ਯਾਨੀ ਕਿ ਵਾਲਾਂ ਦੇ ਸਟਾਈਲ ਬਣਾਉਂਦੇ ਨੇ। ਇਹ ਫੋਟੋ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਅੱਜ ਦੀ ਨਹੀਂ ਬਲਕਿ 1980 ਦੀ ਹੈ, ਜਿਸ ਦੇ ਵਿੱਚ ਇਹ ਲੜਕਾ ਆਪਣੇ ਵਾਲਾਂ ਦਾ ਹੇਅਰ ਸਟਾਈਲ ਨਾ ਖਰਾਬ ਹੋ ਜਾਵੇ ਇਸ ਲਈ ਆਪਣੀ ਗੱਡੀ ਦਾ ਸਨਰੂਫ ਖੋਲ ਕੇ ਕਾਰ ਚਲਾ ਰਿਹਾ ਹੈ। ਇੱਥੇ ਆਪਣੀ ਸੋਚ ਗਲਤ ਹੈ ਕਿ ਅੱਜ ਦੇ ਲੋਕ ਜ਼ਿਆਦਾ ਮਾਡਰਨ ਨੇ, ਸਿਰਫ ਸਾਲ ਬਦਲਿਆ ਹੈ ਲੋਕ ਨਹੀਂ। ਇਹ ਜਿਹੜਾ ਤੁਹਾਨੂੰ ਦੰਦ ਦਿਖਾਈ ਦੇ ਰਿਹਾ ਹੈ ਇਹ ਕਿਸੇ ਜਾਨਵਰ ਦਾ ਦੰਦ ਨਹੀਂ ਹੈ ਬਲਕਿ ਕੈਨੇਡਾ ਦੇ ਵਿੱਚ ਰਹਿਣ ਵਾਲੇ 9 ਸਾਲ ਦੇ ਬੱਚੇ ਦਾ ਦੁੱਧ ਦੰਦ ਹੈ। ਇਸ ਦੇ ਦੰਦ ਦੀ ਲੰਬਾਈ 1.2 ਇੰਚ ਹੈ। ਇਸ ਬੱਚੇ ਨੂੰ ਜਲਦੀ ਹੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦਾ ਸਰਟੀਫਿਕੇਟ ਵੀ ਮਿਲਣ ਵਾਲਾ ਹੈ। ਇੰਡੀਆ ਚਾਹੇ ਪੂਰੀ ਦੁਨੀਆ ਦੇ ਵਿੱਚ ਡਿਵੈਲਪਡ ਕੰਟਰੀ ਵੱਲੋਂ ਜਾਣਿਆ ਜਾਂਦਾ ਹੋਵੇ, ਪਰ ਇੰਡੀਆ ਦੇ ਲੋਕ ਇੰਨੇ ਜ਼ਿਆਦਾ ਕਾਬਲ ਤੇ ਹੋਣਹਾਰ ਨੇ, ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਅਮਰੀਕਾ ਦੇ ਵਿੱਚ ਹਰ ਤੀਜਾ ਜਾਂ ਚੌਥਾ ਡਾਕਟਰ ਇੰਡੀਅਨ ਹੈ ਤੇ ਨਾਸਾ ਦੇ ਵਿੱਚ 10% ਸਾਇੰਟਿਸਟ ਇੰਡੀਆ ਦੇ ਨੇ। ਮਿਸਟਰ ਉਸਮਾਨ ਅਲੀ ਹੈਦਰਾਬਾਦ ਦੇ ਆਖਰੀ ਨਿਜ਼ਾਮ ਸਨ। ਇਹਨਾਂ ਦੇ ਕੋਲ ਇੰਨਾ ਜ਼ਿਆਦਾ ਪੈਸਾ ਸੀ ਕਿ ਇਹਨਾਂ ਦਾ ਇੱਕ ਪੇਪਰ ਵੇਟ ਵੀ ਹੀਰੇ ਦੇ ਨਾਲ ਬਣਿਆ ਹੋਇਆ ਸੀ। ਪੇਪਰ ਵੇਟ ਤੋਂ ਮਤਲਬ ਜੋ ਪੇਪਰ ਦੇ ਉੱਪਰ ਇੱਕ ਤਰ੍ਹਾਂ ਦਾ ਭਾਰਾ ਪੱਥਰ ਰੱਖਿਆ ਜਾਂਦਾ ਹੈ, ਇਹਨਾਂ ਦੇ ਕੋਲ ਉਹ ਵੀ ਹੀਰਿਆਂ ਦਾ ਬਣਿਆ ਹੋਇਆ ਸੀ। ਉਹ ਵੀ ਕੋਈ ਐਸਾ ਵੈਸਾ ਹੀਰਾ ਨਹੀਂ ਬਲਕਿ ਬਹੁਤ ਮਹਿੰਗਾ ਹੀਰਾ ਜਿਸ ਦੀ ਕੀਮਤ ਮਿਲੀਅਨ ਡਾਲਰ ਦੇ ਵਿੱਚ ਸੀ। ਸਦਨ ਸ਼ੂ ਇੱਕ ਅਜਿਹੇ ਬੂਟ ਨੇ ਜਿਸ ਦੇ ਇੱਕ ਏਅਰ ਬਬਲ ਦੇ ਵਿੱਚ ਉੱਥੋਂ ਦੇ ਕਰਮਚਾਰੀ ਦੀ ਖੂਨ ਦੀ ਬੂੰਦ ਹੁੰਦੀ ਹੈ। ਜਦੋਂ ਇਹ ਬੂਟ ਮਾਰਕੀਟ ਦੇ ਵਿੱਚ ਲਾਂਚ ਕੀਤੇ ਗਏ ਤਾਂ ਇਹ ਕੁਝ ਹੀ ਮਿੰਟਾਂ ਦੇ ਵਿੱਚ ਸਾਰੇ ਦੇ ਸਾਰੇ ਵਿਕ ਗਏ ਤੇ ਨਾਇਕੀ ਕੰਪਨੀ ਇਹਨਾਂ ਤੋਂ ਉਤਸ਼ਾਹਿਤ ਹੋ ਕੇ ਅਜਿਹੇ ਹੋਰ ਬੂਟ ਬਣਾਉਣ ਬਾਰੇ ਸੋਚ ਰਹੀ ਹੈ। ਕੀ ਤੁਸੀਂ ਆਪਣੇ ਕੰਨਾਂ ਨੂੰ ਇਸ ਤਰ੍ਹਾਂ ਹਿਲਾ ਸਕਦੇ ਹੋ ਜਾਂ ਫਿਰ ਆਪਣੀ ਇੱਕ ਆਈਬ੍ਰੋ ਨੂੰ ਇਸ ਤਰ੍ਹਾਂ ਉੱਪਰ ਥੱਲੇ ਕਰ ਸਕਦੇ ਹੋ? ਜੇਕਰ ਇਸ ਦਾ ਜਵਾਬ ਹਾਂ ਹੈ ਤਾਂ ਤੁਹਾਨੂੰ ਮੁਬਾਰਕ ਹੋਵੇ, ਕਿਉਂਕਿ ਤੁਸੀਂ ਦੁਨੀਆ ਦੇ ਉਹ 20% ਲੋਕਾਂ ਦੇ ਵਿੱਚ ਸ਼ਾਮਲ ਹੋ ਜਿਹੜੇ ਕਿ ਅਜਿਹਾ ਕਰ ਸਕਦੇ ਨੇ। ਹਾਲਾਂਕਿ ਅਜਿਹਾ ਕਰਨ ਦੀ ਸਮਰੱਥਾ ਕੁਝ ਲੋਕਾਂ ਦੇ ਵਿੱਚ ਜਮਾਂਦਰੂ ਹੁੰਦੀ ਹੈ ਤੇ ਕੁਝ ਲੋਕ ਇਸ ਨੂੰ ਪ੍ਰੈਕਟਿਸ ਕਰਕੇ ਵਧਾ ਲੈਂਦੇ ਨੇ। ਟੋਕੀਓ ਨੂੰ ਦੁਨੀਆ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਕਿਹਾ ਜਾਂਦਾ ਹੈ, ਕਿਉਂਕਿ ਇੱਥੇ 6 ਸਾਲ ਦਾ ਬੱਚਾ ਬਿਨਾਂ ਕਿਸੇ ਪਰੇਸ਼ਾਨੀ ਤੋਂ ਇਕੱਲਾ ਪਬਲਿਕ ਟਰਾਂਸਪੋਰਟ ਦੇ ਵਿੱਚ ਸਫ਼ਰ ਕਰ ਸਕਦਾ ਹੈ। ਜੇਕਰ ਇਸ ਫੋਟੋ ਨੂੰ ਤੁਸੀਂ ਧਿਆਨ ਦੇ ਨਾਲ ਦੇਖੋਗੇ ਤਾਂ ਇਹ ਤੁਹਾਨੂੰ ਦੇਖਣ ਦੇ ਵਿੱਚ ਸੱਪ ਲੱਗੇਗਾ, ਪਰ ਅਸਲ ਦੇ ਵਿੱਚ ਇਹ ਕੋਈ ਸੱਪ ਨਹੀਂ ਬਲਕਿ ਇੱਕ ਤਿਤਲੀ ਹੈ ਜਿਹੜੀ ਕਿ ਸੱਪ ਦੀ ਤਰ੍ਹਾਂ ਦਿਖਾਈ ਦਿੰਦੀ ਹੈ। ਜਿਵੇਂ ਤੁਸੀਂ ਇਸ ਨੂੰ ਇੱਕਦਮ ਦੇਖ ਕੇ ਹੈਰਾਨ ਹੋ ਗਏ ਹੋ, ਉਸੇ ਤਰ੍ਹਾਂ ਹੀ ਇਸ ਦੇ ਸ਼ਿਕਾਰੀ ਚਾਹੇ ਉਹ ਕੋਈ ਵੀ ਹੋਵੇ ਇਸ ਨੂੰ ਦੇਖ ਕੇ ਚੌਂਕ ਜਾਂਦੇ ਨੇ ਤੇ ਇਸ ਤੋਂ ਦੂਰ ਭੱਜ ਜਾਂਦੇ ਨੇ। ਹੁਣ ਤੁਹਾਨੂੰ ਦੱਸਦੇ ਹਾਂ ਜੀ ਹਾਰਟਲੈਸ ਲੇਡੀ ਦੇ ਬਾਰੇ। ਬ੍ਰਿਟਨ ਦੀ ਸਾਲਬਾ ਹੁਸੈਨ ਦੁਨੀਆ ਦੀ ਪਹਿਲੀ ਅਤੇ ਆਖਰੀ ਔਰਤ ਹੈ ਜਿਸ ਦੇ ਕੋਲ ਆਪਣਾ ਦਿਲ ਨਹੀਂ ਹੈ। ਇਹਨਾਂ ਨੂੰ ਦਿਲ ਦੀ ਬਿਮਾਰੀ ਹੋਣ ਦੇ ਕਾਰਨ ਆਪਣਾ ਦਿਲ ਬਾਹਰ ਕਢਵਾਉਣਾ ਪੈ ਗਿਆ ਸੀ। ਇਸ ਤੋਂ ਬਾਅਦ ਇਹ ਆਪਣੇ ਨਕਲੀ ਦਿਲ ਨੂੰ ਬੈਗ ਦੇ ਵਿੱਚ ਪਾ ਕੇ ਚੱਲਦੀ ਹੈ, ਕਿਉਂਕਿ ਉਹ ਦਿਲ ਹੀ ਇਸ ਨੂੰ ਧੜਕਣ ਦਿੰਦਾ ਹੈ।
एक पानी नूं बचाउण दा बहुत ज्यादा वधिया तरीका है जिस दे विच इक टॉयलेट सीट दे उपर हाथ धोण वाले वाश बेसन नूं लगा दित्ता है ताकि हाथ धोण वाले शैंक दा पानी वेस्ट ना होवे ते उस नूं फ्लश दे विच वरत्या जा सके। इह जापान दे इक वाशरूम दी फोटो है, इस तों तुहानूं अंदाजा हो ही गया होवेगा कि जापान किन्ना विकासशील देश है। इह ना सिर्फ अपनी डिवेलपमेंट बारे सोचदे ने बल्कि इहनां दा इह वी सोचणा है कि कुदरती साधनां नूं किवें बचाया जा सकदा है ते जापान अपने इस तरीके दे नाल हर साल पता ही नहीं किन्ने लखां मैट्रिक टन पानी नूं बचा लैंदा है। क्वीन एलिजाबेथ दुनिया के शक्तिशाली लोगों के विचों एक है। यह इंग्लैंड की राणी तो है ही पर इसके कोल आस्ट्रेलिया की पार्लीमेंट के सारे मेंबरों को बाहर कढ़न का अधिकार भी है। इस अधिकार की वरतों इन्होंने आस्ट्रेलिया 1975 के की थी ते उत्थों के सारे मेंबर पार्लीमेंट नूं बाहर कढ़ दिता सी। इस फोटो के दिखाई दे रहा है, जेकर तुहानू नहीं समझ आ रही तो तुहानू दस दिंदे हां कि यह साढ़े नहुं का मैगनीफाइड फोटो है, इसलिए हमेशा सानू अपने नहुं नूं साफ रखना चाहिए है ताकि असीं बैक्टीरिया तो बच सकीए। इलैक्ट्रिसिटी जाने के बिजली बनाउण दे बहुत ज्यादा तरीके ने, पर जिहड़े तरीके नूं कतर देश वरतण जा रहा है उस बारे तां किसे ने सोचा भी नहीं होवेगा। कतर अपने समुंदर दे विच इक वड्डा फ्लोटिंग रिजॉर्ट बनाउण जा रहा है। इस रिजॉर्ट की खास गल यह है कि यह समुंदर दे विच लगातार घूमता रहेगा ते इसदे घूमण दे नाल इलैक्ट्रिसिटी जाने के बिजली बनेगी। बेयर ग्रिल्स नूं तां अपने विचों हर कोई जानदा है। यह टीवी दे उत्ते आउण वाले बहुत ही एक डेयरिंग शो मैन वर्सेस वाइल्ड दे विच मेन होस्ट ने। इन्हां दी जिंदगी दे विच भी काफी ज्यादा उतरा चढ़ा आए ने जिस तों उह अगे निकल के इत्थे तक पहुंचे ने। एक बार बेयर ग्रिल्स दा पैराशूट नहीं खुल्लिया सी, इस करके उह 16,000 फुट की उंचाई तों धरती दे उपर डिग गए सन। उस टाइम इन्हां दी हालत इन्नी ज्यादा खराब सी कि डॉक्टरां ने इन्हां नूं इत्थों तक कह दिता सी कि तुसीं पूरी जिंदगी कदे भी चल नहीं सकोगे, पर बेयर ग्रिल्स ने उस डॉक्टर नूं गलत साबित करदे होए उस तों 2 साल बाद ही माउंट एवरेस्ट नूं फतेह कर दिता। यह अजीब जे दिखाई देने वाले क्रीचर का नाम है अंडरविथ मोथ्स। इसका चेहरा इंसानी खोपड़ी वर्गा दिसदा होण करके इसनूं स्केल क्रीचर भी कहा जाता है। यह खतरनाक तो नहीं होंदे पर इन्हां दी अपनी नस्ल ही हुण खतरे दे विच है क्योंकि यह बहुत थोड़े बचे हैं। ਕੀ ਤੁਸੀਂ ਇੰਸਟਾਗ੍ਰਾਮ ਤੇ ਅਜਿਹੇ ਪੇਜਾਂ ਨੂੰ ਫੋਲੋ ਕੀਤਾ ਹੈ ਜਿਹੜੇ ਕਿ ਤੁਹਾਨੂੰ ਘੱਟ ਤੋਂ ਘੱਟ ਰੇਟ ਦੇ ਉੱਪਰ ਆਈਫੋਨ ਦੇਣ ਦੀ ਗੱਲ ਕਰਦੇ ਨੇ? ਜੇਕਰ ਹਾਂ ਤਾਂ ਤੁਸੀਂ ਸਾਰੇ ਅਜਿਹੇ ਪੇਜਾਂ ਨੂੰ ਅਨਫੋਲੋ ਕਰ ਦਿਓ ਕਿਉਂਕਿ ਇਹ ਤੁਹਾਡੀ ਮਜਬੂਰੀ ਦਾ ਫਾਇਦਾ ਉਠਾ ਸਕਦੇ ਨੇ। ਇਹ ਲੋਕ ਜਿਹੜਾ ਆਈਫੋਨ ਦਿੰਦੇ ਨੇ ਉਹ ਓਰੀਜਨਲ ਆਈਫੋਨ ਨਹੀਂ ਬਲਕਿ ਕਲੋਨ ਆਈਫੋਨ ਹੁੰਦਾ ਹੈ ਜਿਸ ਨੂੰ ਕਿ ਹੂਬਹੂ ਆਈਫੋਨ ਵਰਗਾ ਬਣਾ ਦਿੱਤਾ ਜਾਂਦਾ ਹੈ। ਜੇਕਰ ਤੁਸੀਂ ਵੀ ਕਿਸੇ ਅਜਿਹੀ ਸਾਈਟ ਤੋਂ ਆਈਫੋਨ ਲਿਆ ਹੈ ਤਾਂ ਤੁਸੀਂ ਆਪਣੇ ਆਈਫੋਨ ਦਾ EMI ਨੰਬਰ ਆਈਫੋਨ ਦੀ ਸਾਈਟ ਦੇ ਉੱਪਰ ਪਾ ਕੇ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਫੋਨ ਨਕਲੀ ਹੈ ਜਾਂ ਅਸਲੀ। ਜਿਹੜੇ ਨਕਲੀ ਆਈਫੋਨ ਹੁੰਦੇ ਨੇ ਇਹਨਾਂ ਦੇ ਵਿੱਚ ਥਰਡ ਪਾਰਟੀ ਸੌਫਟਵੇਅਰ ਹੁੰਦੇ ਨੇ ਜਿਹੜੇ ਕਿ ਤੁਹਾਡੇ ਪਰਸਨਲ ਡਾਟਾ ਨੂੰ ਵਰਤ ਸਕਦੇ ਨੇ। ਜੇਕਰ ਤੁਸੀਂ ਆਈਫੋਨ ਖਰੀਦਣਾ ਹੈ ਤਾਂ ਬਿਹਤਰ ਇਹੀ ਹੈ ਕਿ ਤੁਸੀਂ ਆਈਫੋਨ ਦੇ ਸਿੱਧਾ ਸਟੋਰ ਤੋਂ ਜਾ ਕੇ ਉਸ ਨੂੰ ਖਰੀਦੋ। ਇਹ ਸਨ ਜੀ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਦੇ ਬਾਰੇ ਕੁਝ ਰੋਚਕ ਤੱਤ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ YouTube ਦੇ ਚੈਨਲ ਜੋ ਟੀਮ ਜ਼ਰੂਰ ਸਬਸਕ੍ਰਾਈਬ ਕਰਿਓ ਤੇ Facebook ਦੇ ਪੇਜ ਜੋ ਟੀਮ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।